ਇਧਰੀ ਪਾਸੇ ਮੈਦਾਨ ਦੇ ਵਿੱਚ ਮਾਨ ਸਾਹਿਬ ਵੱਲੋਂ ਮੈਂ ਮੇਰੀ ਇਹ ਨਹੀਂ ਮੈਨੂੰ ਬੜਾ ਚਾਹ ਦੋ ਗੁੱਤਾ ਕਰ ਮੇਰੀ ਹੈ ਬਚਪਨ ਦੇ ਚਾਹ ਹੁੰਦੇ ਨੇ ਔਰ ਕਿਕਲੀ ਖੇਡਦੇ ਔਰ ਅਸੀਂ 90 ਪੂਰੇ ਇੱਕੜ ਦੁੱਕੜ ਭੰਬਾ ਪੋਈ ਖੇਡਾਂ ਖੇਡੜੀਆਂ ਰੋੜਿਆਂ ਦੀ ਖੇਡ ਛੋਟੀ ਛੋਟੀਆਂ ਖੇਡਾਂ ਖੇਡਦੀਆਂ ਬੱਚੀਆਂ ਜਿਹੜੀਆਂ ਫਿਰ ਬਚਪਨ ਤੋਂ ਨਿਕਲ ਕੇ ਫਿਰ ਜ਼ਬਾਨ ਪੜ੍ਹਾਈ ਦੇ ਵਿੱਚ ਖੇਡਾਂ ਦੇ ਵਿੱਚ ਲਓ ਅਗਲੀ ਕਬੱਡੀ ਵੇਖੋ ਸਾਹਮਣੇ ਇਸ ਮੈਨੂੰ ਦੀ ਬਹੁਤ ਸੋਹਣਾ ਮੁਕਾਬਲਾ ਸ਼ਾਨਦਾਰ ਮੁਕਾਬਲਾ ਪਹਿਲਾ ਮੈਚ ਜਿਹੜਾ ਖੇਡਿਆ ਗਿਆ ਜਿਵੇਂ ਤੇਲੂ ਰਾਮ ਜੀ ਲੜਕਿਆਂ ਦਾ ਮੈਚ ਹੁੰਦਾ ਨਾ ਉਹੋ ਜਿਹਾ ਮੈਚ ਹੋਇਆ ਹੈ ਮੋਗਾ ਤੇ ਹਰਿਆਣੇ ਦੀਆਂ ਟੀਮਾਂ ਦੇ ਵਿਚਕਾਰ ਹਰਿਆਣੇ ਦੀ ਟੀਮ ਜਿਹੜੀ ਹੈ ਫਾਈਨਲ ਵਿੱਚ ਪੁੱਜੀ ਹੋਈ ਹੈ ਔਰ ਇਸ ਮੁਕਾਬਲੇ ਵਿੱਚ ਜਿੱਤਣ ਵਾਲੀ ਜਿਹੜੀ ਟੀਮ ਹੈ ਫਿਰ ਉਹ ਕਹਿੰਦੇ ਹੁੰਦੇ ਆ ਵੀ 92 ਦੇ ਵਿੱਚ ਜਿਹੜਾ 5 ਜੋੜ ਦਿਓ 96,000 ਦਾ ਮੁਕਾਬਲਾ ਹੋਣਾ ਹੈ ਮੌਕੇ ਤੇ ਜਿਹੜੀ ਐਡੀਸ਼ਨ ਹੋ ਜੇ ਉਹ ਵੱਖਰੀ ਗੱਲ ਹੈ ਕਿ ਮੌਕੇ ਤੇ ਕਿੰਨੇ ਜਿਹੜੇ ਹੈ ਉੱਧਰ ਪਾਲ ਸਿੰਘ ਜੀ ਜੱਜ ਸਾਹਿਬ ਬੈਠੇ ਹੈ ਭਾਵੇਂ ਸੱਟ ਲੱਗੀ ਹੋਈ ਹੈ ਖੱਬੇ ਪੈਰ ਤੇ ਪਰ ਸ਼ੇਰਗਿੱਲ ਭਰਾਵਾਂ ਨਾਲ ਬਹੁਤ ਪਿਆਰ ਹੈ ਮਨਦੀਪ ਸਿੰਘ ਜੀ ਉਹਨਾਂ ਦੇ ਨਾਲ ਕਹਿੰਦੇ ਹੁੰਦੇ ਭਰਾਵਾਂ ਵਾਲੀ ਯਾਰੀ ਜਿਹੜੀ ਹੈ ਇਹਨਾਂ ਦੀ ਹੈ ਔਰ ਉੱਥੇ ਵੀ ਇਹ ਖੇਡਾਂ ਨੂੰ ਪ੍ਰਮੋਟ ਕਰਦੇ ਹੈ ਸ਼ੇਰਗਿੱਲ ਬ੍ਰਦਰਸ ਸਾਡੇ ਪਾਲ ਸਿੰਘ ਜੀ ਜੱਜ ਸਾਹਿਬ ਸੋ ਦਦਾਰ ਸਿੰਘ ਜੀ ਮਾਣ ਹੈ ਸਾਨੂੰ ਤੁਹਾਡੇ ਭਰਾ ਤੇ ਇਹ ਉੱਥੇ ਵੀ ਦਿਲ ਖੋਲ ਕੇ ਖਿਡਾਰੀਆਂ ਨੂੰ ਜੀ ਹੈ ਉਹ ਕਹਿੰਦੇ ਹੈ ਔਰ ਅੱਜ ਜਿਹੜਾ ਸਾਡੇ ਵਿਚਕਾਰ ਨੇ ਜਿਨ੍ਹਾਂ ਵੱਲੋਂ ਫਸਟ ਪ੍ਰਾਈਜ਼ ਦਿੱਤਾ ਜਾਣਾ ਲੈ ਬਾਈ ਖਿੱਚ ਫੋਟੋ ਕਬੱਡੀ 365.com ਤੇ ਪਤਾ ਲੱਗ ਜਾਵੇ ਕਿ ਐਟਮ ਕਬੱਡੀ ਦੀ ਲਾ ਰਹੀ ਹੈ ਜੱਫ ਹੈ ਅਨੂ ਤੇਰਾ ਪੂਰਾ ਨਾਮ ਕੀ ਹੈ ਪੁੱਤਰ ਹੈ ਅੱਜ ਆਪਾਂ ਦੱਸੀਏ ਸਾਰਿਆਂ ਨੂੰ ਅਨੂ ਤੇ ਛੋਟਾ ਨਿੱਕ ਨੇਮ ਹੈ ਤੇਰਾ ਪੂਰਾ ਫੁੱਲ ਨੇਮ ਕੀ ਹੈ ਅਨੂ ਰਾਣੀ ਵਾਹ ਗਿੱਧਿਆਂ ਦੀ ਰਾਣੀ ਕਬੱਡੀ ਦੀ ਰਾਣੀ ਕੁਈਨ ਆਫ ਕਬੱਡੀ ਕੁਈਨ ਆਫ ਕਬੱਡੀ ਐਟਮ ਕਬੱਡੀ ਦੀ ਲਓ ਉਧਰੀ ਪਾਸੇ ਵੇਖੋ ਸਾਹਮਣੇ ਗਾਗੋ ਦੀ ਰੇਟ ਬੱਲੇ ਬੱਚੀਏ ਨਹੀਂ ਰੀਸਾ ਬਹੁਤ ਹੀ ਸੋਹਣਾ ਮੁਕਾਬਲਾ ਸੁਣੀ ਖੇਡਾਂ ਵਿੱਚ ਮੱਲਾ ਮਾਰ ਰਹੀਆਂ ਨੇ ਕਰੂੰਗੀ ਕਮਾਲਾ ਮੈਂ ਅੱਜ ਮੈਦਾਨ ਵਿੱਚ ਪਾ ਕੇ ਧਮਾਲਾ ਨੇ ਅੱਜ ਮੈਦਾਨ ਵਿੱਚ ਮੇਲਾ ਲੁੱਟ ਲੈਣਾ ਹੈ ਗਾਗੋ ਮੇਲਾ ਲੁੱਟਣ ਵਾਲੀ ਗੱਲ ਕਰਨੀ ਆ ਵੀ ਸੁਵੇਖਦੇ ਵੀ ਅੱਜ ਲੜਕਿਆਂ ਵਾਂਗੂ ਵੀ ਸ਼ਾਇਦ ਮੇਰਾ ਖਿਆਲ ਹੈ ਵੀ ਕਮੇਟੀ ਵੱਲੋਂ ਬੈਸ ਰੇਡਰ ਤੇ ਬੈਸ ਸਟੋਪਰ ਵਾਸਤੇ ਵੀ ਕੋਈ ਨਾਮ ਮੌਕੇ ਦੇ ਜੋ ਪ੍ਰਿੰਕਾ ਮਾਣ ਹੈ ਵਿਸ਼ਵ ਕਬੱਡੀ ਕੱਪ ਦੇ ਵਿੱਚ ਧੁੰਮਾਂ ਪਾਈਆਂ ਨੇ ਸੋ ਮਾਣ ਹੈ ਸਾਨੂੰ ਉਧਰ ਰੰਭ ਤੇਰੀ ਤੇ ਮਾਣ ਹੈ ਲੈ ਉਧਰ ਪਾਸੇ ਫਿਰ ਮੈਦਾਨ ਦੇ ਵਿੱਚ ਜਫਾ ਲਾਉਣ ਲਈ ਰਾਧਾ ਕਮਾਲ ਦੀ ਖੇਡ ਦਾ ਪ੍ਰਦਰਸ਼ਨ ਕਰਦੀ ਹੋਈ ਬਹੁਤ ਸੋਹਣਾ ਹੈ ਜਫਾ ਔਰ ਮਨਜੀਤ ਸਿੰਘ ਜੀ ਇਸ਼ਾਰਾ ਕਰਦੇ ਹੋਏ ਕਿ ਇਹ ਪੁਆਇੰਟ ਜਿਹੜਾ ਹੈ ਇਹ ਰਾਧਾ ਆ ਵੀ ਸੁਖਜਿੰਦਰ ਪਾ ਵੀ ਕਬੱਡੀ ਕੋਈ ਥਕਾਨ ਨਹੀਂ ਮੈਂ ਦੇਖਿਆ ਦੇਖੋ ਸਾਹਮਣੇ ਕਿਉਂਕਿ ਹੌਸਲਾ ਵੀ ਪੂਰਾ ਹੁੰਦਾ ਹੈ ਥੋੜਾ ਥੋੜਾ ਦਰਬ ਦਰ ਜਿਵੇਂ ਮੈਚ ਵਧਣਾ ਹੈ ਸਰੀਰ ਨੂੰ ਥੋੜਾ ਜਿਹਾ ਫਰਕ ਤੇ ਪੈਣਾ ਪਰ ਮਨ ਜਦੋਂ ਤਕੜਾ ਹੋਵੇ ਮਨ ਦਾ ਡਿਟਰਮੀਨੇਸ਼ਨ ਹੋਵੇ ਤੇ ਫਿਰ ਕਹਿੰਦੇ ਹੁੰਦੇ ਕਮਾਲ ਦੀ ਗੱਲ ਹੋਣੀ ਹੈ ਮੈਨੂੰ ਲੱਗਦਾ ਵੀ ਸਾਡੇ ਚੇਅਰਮੈਨ ਸਾਹਿਬ ਚਿੰਗੜ ਸਾਹਿਬ ਵੀ ਪੁੱਜ ਗਏ ਰਣਜੀਤ ਸਿੰਘ ਜੀ ਚੇਅਰਮੈਨ ਸਾਹਿਬ ਕਿਆ ਬਾਤ ਹੈ ਤੁਸੀਂ ਆਪ ਖੁਦ ਕਬੱਡੀ ਖੇਡੀ ਹੈ ਮਾਣ ਹੋ ਇਹ ਇਲਾਕੇ ਨੂੰ ਬਖਸ਼ਿਸ਼ ਹੈ ਝਿੰਗੜਾ ਪਿੰਡ ਦੀ ਵੀ ਕਬੱਡੀ ਸਰਾਲਕਾ ਜੀ ਬੈਰਾਮ ਰਾਏਪੁਰ ਡੱਬਾ ਹੈ ਕਿਆ ਬਾਤ ਹੈ ਉਧਰੀ ਪਾਸੇ ਹਕੀਮਪੁਰ ਨਾਲ ਸਾਹਿਬ ਬਲਵਿੰਦਰ ਸਿੰਘ ਜੀ ਚੇਅਰਮੈਨ ਸਾਹਿਬ ਚੌਧਰੀ ਸਾਹਿਬ ਚੇਅਰਮੈਨ ਸਾਹਿਬ ਅੱਜ ਦੇਖੋ ਸਾਡੇ ਮੁਜ਼ਾਹਰਾ ਨੌਬਾਦ ਦੀ ਕਮੇਟੀ ਦਾ ਕਿੰਨਾ ਮਾਣ ਵਧਿਆ ਸੋ ਅਸੀਂ ਬਹੁਤ ਬਹੁਤ ਔੜ ਬਲਾਕ ਦੀਆਂ ਕਹਿੰਦੇ ਬਲਵਿੰਦਰ ਸਿੰਘ ਜੀ 75 ਪਿੰਡਾਂ ਦੀਆਂ ਖੇਡਾਂ ਹੋਈਆਂ ਹੈ ਔਰ ਗੁਰਜੀਤ ਸਿੰਘ ਅੱਜ ਵੀ ਸ਼ੀਲਡ ਆਪਣੇ ਪੁਰੇਵਾਲ ਹਾਊਸ ਦੇ ਵਿੱਚ ਰੱਖੀ ਬੈਠੇ ਆ ਵੀ ਇਹ ਅਸੀਂ ਜਿਹੜੀ ਸ਼ੀਲਡ ਹੈ ਬਲਾਕ ਔੜ ਦੇ ਜਦੋਂ ਟੂਰਨਾਮੈਂਟ ਹੋਏ ਹੈ ਉਦੋਂ ਸਾਡੀ ਟੀਮ ਜਿੱਤੀ ਸੀ ਔਰ ਉਸ ਵੇਲੇ ਬਹੁਤ ਹੀ ਸਤਿਕਾਰਯੋਗ ਸਰਵਨ ਸਿੰਘ ਜੀ ਫਲੋਰ ਉਹਨੀ ਉਹ ਤਕਸੀਮ ਕਰ ਰਹੇ ਇਨਾਮ ਲਓ ਇਧਰੀ ਪਾਸੇ ਵੇਖੋ ਸਾਹਮਣੇ ਅਗਲੀ ਕਬੱਡੀ ਮੈਨੂੰ ਦੀ ਬਹੁਤ ਸ਼ਾਨਦਾਰ ਪ੍ਰਦਰਸ਼ਨ ਅੱਜ 51 ਤੇ 41 ਇਹਨਾਂ ਨਾਮ ਜਿਹੜਾ ਹੈ ਲੜਕਿਆਂ ਨਾਲੋਂ ਵੱਧ ਇਨਾਮ ਉਧਰ ਫਸੇ ਫੜਿਆ ਗੁੱਟ ਛੜਾਇਆ ਗੁੱਟ ਨਹੀਂ ਰੀਸਾ ਵਾਹ ਗੱਭਰੂ ਬਹੁਤ ਹੀ ਅੱਛੀ ਇਧਰਲੇ ਪਾਸੇ ਮੁਟਿਆਰ ਹੈ ਤਨ ਤਨ ਕਰਾ ਰਹੀਆਂ ਨੇ ਜਿੱਥੇ ਇਸ ਮੈਦਾਨ ਦੇ ਵਿੱਚ ਗੱਭਰੂਆਂ ਨੇ ਖੇਡ ਜਿਹੜੀ 13 ਤਰੀਕ ਨੂੰ ਦਿਖਾਈ ਹੈ ਉਸ ਤੋਂ ਬਾਅਦ ਇੱਕ ਪਾਸੇ ਆਤਮਾ ਬੁੱਢੇ ਵਾਲੀਆਂ ਦਾ ਅਖਾੜਾ ਲੱਗਾ ਅੱਜ ਅਨਮੋਲ ਗਗਨ ਮਾਨ ਦਾ ਅਖਾੜਾ ਵੀ ਜਿਹੜਾ ਹੈ ਇਹਨਾਂ ਮੈਚਾਂ ਤੋਂ ਬਾਅਦ ਲੱਗੇਗਾ ਉੱਧਰ ਦਾਰਾ ਜੀ ਸਾਡੇ ਫਿਰ ਆ ਗਏ ਨੇ ਉੱਧਰ ਵੀ ਆਏ ਸਨ ਦਾਰਾ ਸਾਊਂਡ ਵਾਲੇ ਜੀ ਆਇਆਂ ਨੂੰ ਧੰਨਵਾਦ ਹੈ ਮਾਲ ਗੱਲਾ ਬੜਾ ਮਸ਼ਹੂਰ ਪਿੰਡ ਹੈ ਕਹਿੰਦੇ ਹੁੰਦੇ ਆ ਵੀ ਪਹਿਲੇ ਨੰਬਰ ਤੇ ਕਹਿੰਦੇ ਹੁੰਦੇ ਅਜਨਾਲੇ ਦੀ ਸੁਸਾਇਟੀ ਫਿਰ ਕਹਿੰਦੇ 2 ਨੰਬਰ ਤੇ ਮਾਲ ਗੱਲਾ ਬੜਾ ਨਾਮ ਹੈ ਔਰ ਵੇਖੋ ਉਧਰੀ ਪਾਸੇ ਲੱਗਦਾ ਹੋਇਆ ਜਫਾ ਹੈ ਇੱਕ ਇੱਕ ਅੰਕੜਾ ਜਿਹੜਾ ਇਸ ਵੇਲੇ ਕੀਮਤੀ ਹੈ ਔਰ ਦੂਸਰੇ ਪਾਸੇ ਦੇਖੋ ਸਾਹਮਣੇ ਕਿ ਕਿਹੜਾ ਸਾਡੀ ਰੀਸ ਕਰ ਲੂ ਅਸੀਂ ਖੇਡਾਂ ਵਿੱਚ ਮੱਲਾ ਅੱਜ ਮਾਰੀ ਹੈ ਔਰ ਜਫਾ ਜਦੋਂ ਲਾਵਾਂ ਪੂਰਾ ਜ਼ੋਰ ਲਾ ਕੇ ਲੋਕੀ ਮਾਰਦੇ ਨੇ ਦਿਲੋਂ ਫਿਰ ਤਾਲੀ ਹੈ ਜਦੋਂ ਜਫਾ ਵਧੀਆ ਜਿਹਾ ਲੱਗਦਾ ਹੈ ਲੋਕੀ ਖੁਸ਼ ਹੋ ਕੇ
ਕੱਲ ਇਹ ਬੱਚੀਆਂ ਜਿਹੜੀ ਹੈ ਅਕੈਡਮੀ ਜਿਹੜੀ ਹੈ ਸ਼ਰਤ ਟਰਾਂਸਪੋਰਟ ਦੀ ਟੀਮ ਜਿਹੜੀ ਖੇਡ ਰਹੀ ਹੈ ਕੱਲ ਬਨੂੜ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਵਿੱਚ ਮੈਚ ਖੇਡਿਆ ਅੱਜ ਇੱਥੇ ਮੈਚ ਹੈ ਸੋ ਹਰ ਪੰਜਾਬ ਦੇ ਜ਼ਿਲ੍ਹੇ ਦੇ ਵਿੱਚ ਬੱਚੀਆਂ ਵੀ ਲੜਕਿਆਂ ਵਾਂਗੂ ਬਹੁਤ ਅੱਛਾ ਪ੍ਰਦਰਸ਼ਨ ਕਰਦੀਆਂ ਮੈਚਾਂ ਦੇ ਵਿੱਚ ਆਨੰਦ ਆਉਂਦਾ ਹੈ ਔਰ ਬੱਚਿਆਂ ਦੀ ਇਨਕਰੇਜਮੈਂਟ ਹੈ ਅਤੇ ਫਿਰ ਕਿਸੇ ਨਾ ਕਿਸੇ ਡਿਪਾਰਟਮੈਂਟ ਦੇ ਵਿੱਚ ਵੀ ਜਿਵੇਂ ਇਹਨਾਂ ਬੱਚਿਆਂ ਨੂੰ ਵੀ ਪੰਜਾਬ ਸਰਕਾਰ ਨੇ ਨੌਕਰੀਆਂ ਦਿੱਤੀਆਂ ਨੇ ਔਰ ਵਿਸ਼ਵ ਪ੍ਰਿੰਕਾ ਕਿਹੜੇ ਡਿਪਾਰਟਮੈਂਟ ਦੇ ਵਿੱਚ ਹੈ ਤੂੰ ਮਾਰਕਫੈਡ ਦੇ ਵਿੱਚ ਕਿਆ ਬਾਤ ਹੈ ਮਾਰਕਫੈਡ ਦੇ ਵਿੱਚ ਦੇਖੋ ਮਾਰਕਫੈਡ ਡਿਪਾਰਟਮੈਂਟ ਨੇ ਮੰਡੀਕਰਨ ਬੋਰਡ ਨੇ ਲੜਕਿਆਂ ਨੂੰ ਵੱਖ ਵੱਖ ਡਿਪਾਰਟਮੈਂਟ ਨੇ ਨੌਕਰੀਆਂ ਦਿੱਤੀਆਂ ਹੋਈਆਂ ਨੇ ਇਹਨਾਂ ਬੱਚਿਆਂ ਨੂੰ ਇਸ ਪੰਜਾਬੀਆਂ ਦੀ ਮਾਂ ਖੇਡ ਕਬੱਡੀ ਲੋਕ ਖੇਡ ਸਭ ਤੋਂ ਵੱਧ ਪੰਜਾਬੀਆਂ ਦਾ ਦਿਲ ਇਸ ਖੇਡ ਤੇ ਆਉਂਦਾ ਹੈ ਉਧਰਲੇ ਪਾਸੇ ਵੇਖਦਾ ਵੀ ਇਸ ਵੇਲੇ ਜੱਫਾ ਲਾਉਣ ਦੇ ਵਿੱਚ ਫਿਰ ਕਾਮਯਾਬੀ ਕਿਨਾਰੇ ਹੈ ਔਰ ਧੀਆਂ ਵੀ ਕਹਿੰਦੇ ਹੁੰਦੇ ਪੁੱਤਾਂ ਨਾਲ ਘੱਟ ਨੇ ਪੁੱਤ ਸੂਰਮੇ ਕਹਿੰਦੇ ਹੁੰਦੇ ਆ ਸਾਡੇ ਪੁੱਤ ਲਾਡਲੇ ਬਣਾ ਕੇ ਵੱਡੇ ਕਰ ਲਏ ਨਾ ਕੰਮ ਕਰ ਕੋਈ ਕਰਦੇ ਮਾਪੇ ਝੂਰ ਦੇ ਧੀਆਂ ਨੂੰ ਯਾਦ ਕਰਕੇ ਤੇ ਪੁੱਤਾਂ ਕੋਲ ਰਹਿਣ ਡਰਦੇ ਹੁੰਦਾ ਮਹਿੰਗਾ ਹੈ ਧੀਆਂ ਦਾ ਬੜਾ ਗਹਿਣਾ ਹੈ ਤੇ ਲੋਕੀ ਰਹਿਣ ਦਾਤ ਰੱਬ ਦੀ ਇਹਨਾਂ ਬੈਠਣਾ ਕਦੇ ਵੀ ਘਰ ਰਹਿਣਾ ਇਹ ਚੱਲੀ ਆਈ ਰੀਤ ਜੱਗ ਦੀ ਹੱਥੀ ਦਿੱਤੀਆਂ ਲੈ ਜਾਣ ਚੀਜ਼ਾਂ ਗਿਣ ਕੇ ਤੇ ਮਾਪੇ ਜਦੋਂ ਵਿਆਹ ਕਰਦੇ ਔਰ ਬਾਕੀ ਇਹ ਰੀਤ ਹੈ ਜੱਗ ਦੀ ਔਰ ਇੱਧਰ ਪੁਆਇੰਟ ਕਿਹੜੇ ਹੈ ਸ਼ਰਤ ਟਰਾਂਸਪੋਰਟ ਦੀ ਪੁਆਇੰਟ ਨੇ 15 ਔਰ 3.25 ਲੱਖ ਪੁਆਇੰਟ ਨੇ ਮਾਨਸਾ ਦੀ ਕਬੱਡੀ ਕਲੱਬ ਦੇ ਬਾਬਾ ਜੋਗੀ ਪੀਰ ਕਬੱਡੀ ਕਲੱਬ ਮਾਨਸਾ ਔਰ ਬਹੁਤ ਹੀ ਵਧੀਆ ਪ੍ਰਦਰਸ਼ਨ ਹੈ ਕਿਉਂਕਿ ਇਸ ਟੀਮ ਦਾ ਜਿਹੜਾ ਹੈ ਮੁਕਾਬਲਾ ਜਿਹੜਾ ਹੈ ਔਰ ਹਰਿਆਣੇ ਨਾਲ ਜਦੋਂ ਹੋਊਗਾ ਉਹ ਫਿਰ ਅੱਡੀ ਚੋਟੀ ਦਾ ਜ਼ੋਰ ਲੱਗੂਗਾ ਔਰ ਠੀਕ ਹੈ ਬਹੁਤ ਅੱਛਾ ਪ੍ਰਦਰਸ਼ਨ ਕਰ ਰਹੇ ਨੇ ਲੜਕੇ ਇਹਨਾਂ ਨੂੰ ਵੀ ਇਸੇ ਤਰ੍ਹਾਂ ਹੌਲੀ ਹੌਲੀ ਅਭਿਆਸ ਹੋ ਜਾਵੇਗਾ ਸੁਖਜਿੰਦਰ ਤੇਰਾ ਪਿੰਡ ਜਿਹੜਾ ਦਾਤਾ ਚੀਲਾ ਬੜਾ ਮਸ਼ਹੂਰ ਹੈ ਕੋਟਪੁਤੀ ਦਾ ਇਲਾਕਾ ਪਹਿਲਵਾਨਾਂ ਦਾ ਉੱਥੇ ਬੰਨਣਾਨ ਦੇ ਵਿੱਚ ਕੁਸ਼ਤੀ ਆਉਂਦੇ ਨੇ ਬਾਬਿਆਂ ਦਾ ਆਸ਼ੀਰਵਾਦ ਹੈ ਸੋ ਅੱਜ ਬਹੁਤ ਸੋਹਣਾ ਪ੍ਰਦਰਸ਼ਨ ਕੀਤਾ ਹੈ ਤੇਰੇ ਵਰਗੀਆਂ ਲੜਕੀਆਂ ਜਿਹੜੀਆਂ ਉਹਨਾਂ ਦੇ ਮਾਣ ਹੈ ਨਾਜ ਹੈ ਸ਼ਾਨ ਹੈ ਵਿਰਸੇ ਦੀ ਮਾਣ ਹੈ ਤੂੰ ਲਓ ਦੂਸਰੇ ਪਾਸੇ ਵੀ ਦੇਖੋ ਸਾਹਮਣੇ ਫਿਰ ਜੱਫਾ ਲਾ ਕੇ ਹਰਦੀਪ ਨੇ ਇੱਕ ਹੋਰ ਅੰਕ ਹਾਸਲ ਕੀਤਾ ਇਸ ਤੋਂ ਬਾਅਦ ਜਿਹੜਾ ਹੈ ਮਨਦੀਪ ਸਿੰਘ ਇਸ ਤੋਂ ਬਾਅਦ ਰੱਸੇ ਦਾ ਮੁਕਾਬਲਾ ਕਰਵਾ ਦਈਏ ਨਹੀਂ ਜੀ ਅੱਛਾ ਅੱਛਾ ਠੀਕ ਹੈ ਲੋਕ ਕਹਿੰਦੇ ਉਹੀ ਹੈ ਜਿਹੜਾ ਫਾਈਨਲ ਮੁਕਾਬਲਾ ਸੀਗਾ ਇਸ ਤੋਂ ਬਾਅਦ ਜਿਹੜਾ ਫਾਈਨਲ ਮੁਕਾਬਲਾ ਹੋਵੇਗਾ ਉਧਰ ਮੇਜਰ ਸਿੰਘ ਹਿੰਦੁਸਤਾਨੀ ਸਾਡੇ ਵੀਰ ਕੱਲ ਬਨੂੜ ਦੇ ਵਿੱਚ ਅੱਜ ਨਜ਼ਾਰਾ 9 ਵਜੇ ਕਿਉਂਕਿ ਇਸ ਨਗਰ ਨਾਲ ਬੜਾ ਪਿਆਰ ਹੈ ਲਓ ਉਧਰ ਸੁਖਜਿੰਦਰ ਫਿਰ ਪੁਆਇੰਟ ਲੈ ਕੇ ਵਾਪਸ ਆਉਂਦੀ ਹੋਈ ਬਹੁਤ ਅੱਛੀ ਬਹੁਤ ਸੋਹਣੀ ਕੋਸ਼ਿਸ਼ ਕੀਤੀ ਹੈ ਇਸ ਟੋਪਰ ਨੇ ਪਰ ਪੁਆਇੰਟ ਸੁਖਜਿੰਦਰ ਦਾ ਹੈ ਔਰ ਬਹੁਤ ਹੀ ਦਿਲਚਸਪ ਮੈਚ ਜਿਹੜਾ ਹੈ ਸਤਿ ਸ਼੍ਰੀ ਅਕਾਲ ਜੀ ਦੋ ਸੁਲੱਖਣ ਸਿੰਘ ਜੀ ਰਾਣੂ ਸਾਹਿਬ 500 ਦਮੜੇ ਲੈ ਕੇ ਆਏ ਹੈ ਕੁਲਵਿੰਦਰ ਸਿੰਘ ਜੀ ਇਹਨਾਂ ਦੋਨੇ ਰੇਡਰਾਂ ਬਾਅਦ ਦੋਨੇ ਆ ਕਹਿੰਦੇ ਤਿੰਨੇ ਰੇਡਰਾਂ ਜਿਹੜੀਆਂ ਕਬੱਡੀ ਪਾ ਰਹੀਆਂ ਨੇ ਤੁਹਾਡੇ ਬੇਟਾ ਤਿੰਨਾਂ ਹੀ ਵਾਸਤੇ ਮੈਨੂੰ ਵਾਸਤੇ ਵੀ ਗਾਗੋ ਵਾਸਤੇ ਵੀ ਤੇਰੇ ਵਾਸਤੇ ਵੀ ਰਾਣੂ ਸਾਹਿਬ ਇਹ ਹੈ ਸਾਡੇ ਵੀਰੀ ਤੋਚੀ ਹੁਣੀ ਬਹੁਤ ਅੱਛੇ ਖਿਡਾਰੀ ਹੈ ਸਰਾਲਾ ਰਾਣੂਆਂ ਵਾਲੇ ਉਹਨਾਂ ਦੇ ਉਸਤਾਦ ਸਾਹਿਬ ਨੇ ਸੋ ਮਾਣ ਹੈ ਸਾਨੂੰ ਔਰ ਬਲਵੀਰ ਬੱਗਾ ਕਹਿੰਦੇ ਬਲਵੀਰ ਦੁੱਲਾ ਹਾਂ ਉਹ ਵੀ ਸਾਡੇ ਤੁਹਾਡੇ ਪਰਿਵਾਰ ਦੇ ਵਿੱਚ ਵਿਆਹ ਗਿਆ ਵਿਸ਼ਵ ਕਬੱਡੀ ਕੱਪ ਦਾ ਬਸ ਰੇਡਰ ਸਮਾਨ ਵਾਲੀ ਗੱਲ ਹੈ ਉਸਤਾਦ ਜੀ ਕਿ ਬਿਨਾਂ ਮੁਰਸ਼ਦ ਰਾਹ ਨਾ ਹੱਥ ਆਵੇ ਦੁੱਧ ਆਵਾਜ਼ ਨਾ ਰਿਜ ਦੀ ਖੀਰ ਵੀ ਹੈ ਔਰ 500 ਇਹਨਾਂ ਰੇਡਰਾਂ ਵਾਸਤੇ ਉੱਧਰ ਅਗਲੀ ਕਬੱਡੀ ਦੇਖੋ ਸਾਹਮਣੇ ਮੈਦਾਨ ਦੇ ਵਿੱਚ ਮੀਨੂ ਦੀ ਲੈ ਮੀਨੂ ਬਹੁਤ ਅੱਛੇ ਹਵਾ ਭਾਈ ਬੰਨ ਪਰ ਵੀ ਜਿਵੇਂ ਵੀ ਕੋਈ ਜੱਫਾ ਲਾਊਗੀ ਇਧਰੇ ਪਾਸੇ ਦਾ ਸਾਡੇ ਮਾਨਸਾ ਦੀ ਕੋਈ ਵੀ ਸਟੋਪਰ ਉਹਦੇ ਵਾਸਤੇ ਵੀ ਸਪੈਸ਼ਲ ਪ੍ਰਾਈਜ਼ ਜਿਹੜਾ ਹੈ ਸਟੇਜ ਵਾਲੇ ਪਾਸਿਓ ਅਜੇ ਸਾਡੇ ਸੋਨੂੰ ਜੀ ਪਿੰਡਾ ਜੀ ਐਲਾਨ ਕਰਨਗੇ ਜਦੋਂ ਵਧੀਆ ਜਿਹਾ ਜੱਫਾ ਕੋ ਸਾਹਿਬ ਹੱਲਾ ਸ਼ੇਰੀ ਦੇ ਉਹਨੂੰ ਇੱਕ ਵਧੀਆ ਜਿਹਾ ਜੱਫਾ ਲਾਓ ਪੁੱਤਰੋ ਔਰ ਫਿਰ ਸਵਾਦ ਆ ਜੂਗਾ ਤੁਹਾਡੇ ਵਾਸਤੇ ਵੀ ਸਪੈਸ਼ਲ ਪ੍ਰਾਈਜ਼ ਜਿਹੜਾ ਹੈ ਉਧਰ ਕਮੇਟੀ ਵੱਲੋਂ ਦਵਾਵਾਂਗੇ ਬਹੁਤ ਵਧੀਆ ਹੈ ਉਧਰੇ ਪਾਸੇ ਫਿਰ ਕੋਸ਼ਿਸ਼ ਸਫਲਤਾ ਪੈਰ ਚੁੰਮੂਗੀ ਔਰ ਫਿਰ ਕੋਸ਼ਿਸ਼ ਕਰਦੀ ਹੋਈ ਰਾਧਾ ਇਸ ਵੇਲੇ ਔਰ ਇੱਕ ਹੋਰ ਪੁਆਇੰਟ ਦੇ ਜੁੜਨ ਦੇ ਪੂਰੇ ਚਾਂਸ ਬਣ ਚੁੱਕੇ ਨੇ ਉਧਰ ਪਾਸੇ ਵੀ ਮਾਨ ਸਾਹਿਬ ਵੀ ਸਾਡੇ ਵਿਚਕਾਰ ਰਾਜਿੰਦਰਜੀਤ ਸਿੰਘ ਜੀ ਮਾਨ ਸਾਹਿਬ ਨਾਲ ਹੀ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਵਿਚਕਾਰ ਸਾਡੇ ਜ਼ਿਲ੍ਹੇ ਦਾ ਮਾਣ ਜੀਵਨ ਜਗਜੋਤ ਜੀ ਐਸ ਡੀ ਐਮ ਸ਼ਹੀਦ ਭਗਤ ਸਿੰਘ ਨਗਰ ਸਾਡੇ ਵਿਚਕਾਰ ਪੁੱਜੇ ਨੇ ਸੋ ਅਸੀਂ ਉਹਨਾਂ ਨੂੰ ਇੱਥੇ ਪੁੱਜਣ ਤੇ ਹਾਰਦਿਕ ਜੀਆਂ ਕਹਿੰਦੇ ਹਾਂ ਔਰ ਬੜਾ ਮਾਣ ਮਹਿਸੂਸ ਕਰਦੇ ਹਾਂ ਕਿ ਅੱਜ ਇੱਥੇ ਪੁੱਜ ਕੇ ਉਹਨਾਂ ਨੇ ਪ੍ਰਸ਼ਾਸਨ ਦੀ ਤਰਫੋਂ ਸਾਡਾ ਬਹੁਤ ਮਾਣ ਵਧਾਇਆ ਬਹੁਤ ਹੀ ਕਾਬਲ ਨੇ ਬੜੀਆਂ ਵੱਡੀਆਂ ਜ਼ਿੰਮੇਵਾਰੀਆਂ ਔਰ
ਬਾਕੀ ਸੌਂਗ ਥੋੜਾ ਸਮਾਂ ਬੰਦ ਰੱਖੋ ਜੀ ਅਸੀਂ ਫਿਰ ਬਹੁਤ ਹੀ ਰਿਸਪੈਕਟਡ ਜੀਵਨ ਜਗਜੋਤ ਜੀ ਐਸਡੀਐਮ ਸ਼ਹੀਦ ਭਗਤ ਸਿੰਘ ਨਗਰ ਜੀ ਦਾ ਬਹੁਤ ਬਹੁਤ ਮਾਣ ਰੀਡਰ ਤੇ ਬਸ ਸਟਾਪਰ ਨੂੰ ਦਿੱਤਾ ਜਾਣਾ ਉਧਰ ਕਰਨਾਣਾ ਸਾਹਿਬ ਵੀ ਸਾਡੇ ਦਰਕਾਰ ਪੁੱਜ ਗਏ ਹੈ ਜਥੇਦਾਰ ਜੀ ਤੁਹਾਨੂੰ ਵੀ ਫਤਿਹ ਬੁਲਾਉਂਦੇ ਹੈ ਬੜਾ ਪਿਆਰ ਹੈ ਸਤਿਕਾਰ ਹੈ ਮਾਨ ਸਾਹਿਬ ਵੀ ਖੁਸ਼ ਨੇ ਸੋ ਬਹੁਤ ਬਹੁਤ ਜਿਆ ਨੂੰ ਅੱਜ ਦੇ ਇਸ ਕਬੱਡੀ ਕੱਪ ਤੇ ਅੱਜ ਲੜਕੀਆਂ ਦਾ ਮੈਚ ਹੈ ਸੋ ਅਸੀਂ ਬੜੀ ਖੁਸ਼ੀ ਮਹਿਸੂਸ ਕਰਦੇ ਕਿ ਮੈਡਮ ਜੀਵਨ ਜਗਜੋਤ ਜੀ ਐਸਡੀਐਮ ਸ਼ਹੀਦ ਭਗਤ ਸਿੰਘ ਨਗਰ ਉਹ ਵਿਸ਼ੇਸ਼ ਪਹੁੰਚੇ ਨੇ ਔਰ ਅੱਜ ਦਾ ਦਿਨ ਜਿਹੜਾ ਹੈ ਜਿੱਥੇ ਚੌਧਰੀ ਸਾਹਿਬ ਚੌਧਰੀ ਮੋਹਨ ਸਿੰਘ ਜੀ ਜਿਨ੍ਹਾਂ ਦਾ ਇਸ ਨਗਰ ਨਾਲ ਬਹੁਤ ਪਿਆਰ ਹੈ ਇਸ ਹਲਕੇ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਜਿੱਥੇ ਚੌਧਰੀ ਸਵਰਨਾ ਰਾਮ ਜੀ ਦਾ ਵੱਡਾ ਨਾਮ ਹੈ ਤੇ ਚੌਧਰੀ ਸਾਹਿਬ ਅਕਸਰ ਚੌਧਰੀ ਸਾਹਿਬ ਕਿਹਾ ਕਰਦੇ ਸਨ ਬੱਚਾ ਖੇਡੇ ਨੇ ਤੇ ਹਾਥੀ ਝੂਮੇ ਦਾ ਹੈ ਤੇ ਸਮਝੋ ਬਿਮਾਰ ਹੁੰਦੇ ਨੇ ਇਹ ਬੱਚੇ ਜਿਹੜੇ ਖੇਡਦੇ ਨੇ ਇੱਕ ਤੰਦਰੁਸਤੀ ਦਾ ਸੁਨੇਹਾ ਦਿੰਦੇ ਹੈ ਕਿ ਦੁਨੀਆ ਨਹੀਂ ਕਮਜ਼ੋਰਾਂ ਦੀ ਇਹ ਜਗਤ ਨਹੀਂ ਬਿਮਾਰਾਂ ਦਾ ਹੈ ਇਹ ਰਣ ਹੈ ਵੀਰ ਬਹਾਦਰਾਂ ਦਾ ਇਹ ਪਿੜ ਹੈ ਸ਼ਾਹ ਸਵਾਰਾਂ ਦਾ ਤੰਦਰੁਸਤੀ ਦਾ ਮੇਲਾ ਹੈ ਮੇਲਾ ਨਹੀਂ ਬਿਮਾਰਾਂ ਦਾ ਮੇਲੇ ਬਣ ਕੇ ਵੇਖੋ ਯਾਰੋ ਮੇਲਾ ਯਾਰਾਂ ਦਾ ਅੱਜ ਮਜ਼ਾਰਾਂ ਦੀ ਰਾਜਸਥਾਨ ਦੀ ਪਵਿੱਤਰ ਧਰਤੀ ਜਿੱਥੇ ਕਬੱਡੀ ਕੱਪ ਦਾ ਇਹ ਮੈਚ ਜਿਹੜਾ ਹੈ ਸੈਮੀ ਫਾਈਨਲ ਮੈਚ ਇਸ ਤੋਂ ਬਾਅਦ ਫਾਈਨਲ ਮੈਚ ਜਿਹੜਾ ਖੇਡਿਆ ਜਾਵੇਗਾ ਸੋ ਮੈਂ ਅਗਲੀ ਗੱਲ ਇਸ ਮੈਚ ਦੀ ਜਿਹੜੀ ਆਖਰੀ ਕਬੱਡੀ ਮੈਨੂੰ ਬਿਲਕੁਲ ਮੁੰਡਿਆਂ ਵਰਗੀ ਦੇਖਿਆ ਹੈ ਜਿਵੇਂ ਰਾਮ ਬਤੇਰੀ ਹਰਿਆਣੇ ਦੀਆਂ ਲੜਕੀਆਂ ਸੋ ਇਹਨਾਂ ਨੇ ਵਰਲਡ ਕੱਪ ਦੇ ਵਿੱਚ ਕਿ ਜੋ ਸੁਖਵੀਰ ਨੇ ਬਖਸ਼ਿਆ ਇਹ ਸਤਿਕਾਰ ਕਬੱਡੀ ਨੂੰ ਜੁਗਾ ਜੁਗਾ ਤੋਂ ਕਰਨ ਪੰਜਾਬੀ ਪਿਆਰ ਕਬੱਡੀ ਨੂੰ ਜਦ ਵੀ ਜ਼ਿਕਰ ਕਬੱਡੀ ਦਾ ਹੁਣ ਕਿਧਰੇ ਆਵੇਗਾ ਨਾਲ ਸੁਨਹਿਰੀ ਅੱਖਰਾਂ ਦੇ ਇਹ ਲਿਖਿਆ ਆਵੇਗਾ ਜੋ ਸੁਖਵੀਰ ਨੇ ਬਖਸ਼ਿਆ ਇਹ ਸਤਿਕਾਰ ਕਬੱਡੀ ਨੂੰ ਜੁਗਾ ਜੁਗਾ ਤੋਂ ਕਰਨ ਪੰਜਾਬੀ ਪਿਆਰ ਕਬੱਡੀ ਨੂੰ ਬਿਲਕੁਲ ਸੈਂਟਰ ਲਾਈਨ ਦੇ ਨਾਲ ਲਓ ਇਸ ਬੱਚੀ ਵਾਸਤੇ ਸਪੈਸ਼ਲ ਪ੍ਰਾਈਜ਼ ਹੋਊਗਾ ਕੋਈ ਸਰ ਕੀ ਨਾਮ ਹੈ ਇਸ ਬੱਚੀ ਦਾ ਲਾਡਲੀ ਧੀ ਦਾ ਕੀ ਨਾਮ ਹੈ ਰਿੰਕੂ ਹੈ ਲੈ ਵੀ ਸੋਨੂ ਇਸ ਰਿੰਕੂ ਵਾਸਤੇ ਕਮੇਟੀ ਵੱਲੋਂ ਜਿਹੜਾ 200 ਰੁਪਏ ਸਪੈਸ਼ਲ ਜਿਹੜਾ 500 ਰੁਪਏ ਜੀ 500 ਰੁਪਏ ਜੀ ਰਿੰਕੂ ਹੱਥ ਖੜੇ ਕਰ ਬੱਚੀਏ ਬਹੁਤ ਸੋਹਣਾ ਜੱਫਾ ਲਾਇਆ 500 ਰੁਪਏ ਜਿਹੜੇ ਹੈ ਇਸ ਲੜਕੀ ਵਾਸਤੇ ਸਾਡੀ ਕਮੇਟੀ ਵੱਲੋਂ ਤੇ ਹੁਣ ਜਿਹੜਾ ਅਗਲਾ ਪ੍ਰੋਗਰਾਮ ਸੋਨੂ ਜੀ ਦੱਸਣਗੇ ਕਿ ਫਾਈਨਲ ਮੈਚ ਤੋਂ ਪਹਿਲਾਂ ਮੇਜਰ ਰਾਜਸਥਾਨੀ ਜੀ ਆਪਣਾ ਮੋਟਰਸਾਈਕਲ ਚਲਾਉਣਗੇ ਵੀ ਜੀ ਸ਼ੋਅ ਕਰਨਗੇ ਮੇਜਰ ਰਾਜਸਥਾਨੀ ਸਪੈਸ਼ਲ ਥੈਂਕਸ ਕਰਦਾ ਮੈਂ ਸਿਮਰਨ ਚਟਵਾਲ ਲੁਧਿਆਣਾ ਫਾਈਨਲੀ ਅਸੀਂ 4 ਓਨਰ ਇਕੱਠੇ ਹੋ ਗਏ ਹਾਂ ਇਹ ਥੋੜ੍ਹਾ ਲੇਟ ਹੋ ਗਿਆ ਇਹਨੂੰ ਕੰਮ ਸੀ ਯਾਰੀ ਜਿੰਦਾਬਾਦ ਪ੍ਰੋਡਕਸ਼ਨ ਅਮਨਦੀਪ ਸਿੰਘ ਡੇਲ ਪਾਸਲਾ ਮੰਨਾ ਚਾਲ ਪਾਸਲਾ ਤੇ ਸਿਮਰਨ ਚਟਵਾਲ ਲੁਧਿਆਣਾ ਤੇ ਦਾਸ ਦੀਪਾ ਮਾਨਕਪੁਰੀਆ ਯਾਰੀ ਜਿੰਦਾਬਾਦ ਪ੍ਰੋਡਕਸ਼ਨ ਮਿਊਜ਼ਿਕ ਕੰਪਨੀ ਅਸੀਂ ਸ਼ੁਰੂਆਤ ਕੀਤੀ ਹੈ ਤੇ ਨਾਲ ਨਾਲ ਮੈਂ ਨਿਊ ਟੈਲੈਂਟ ਨਿਊ ਸਿੰਗਰਸ ਨੂੰ ਤੇ ਨਵੇਂ ਰਾਈਟਰਸ ਨੂੰ ਇਨਬੋਕਸ ਦੀਪਾ ਮਾਨਕਪੁਰੀਆ ਜਾਂ ਮੰਨਾ ਚਾਲ ਪਾਸਲਾ ਤੁਸੀਂ ਮੈਸੇਜ ਕਰ ਸਕਦੇ ਆ ਪਰ ਫੁਕਰੇ ਗੀਤਾਂ ਤੋਂ ਦੂਰ ਅਸੀਂ ਉਹ ਰਿਕਾਰਡ ਨਹੀਂ ਕਰਨੇ ਅਸੀਂ ਸਾਫ ਸੁਥਰੇ ਗੀਤ ਰਿਕਾਰਡ ਕਰਾਂਗੇ ਸਾਡੀ ਕੋਸ਼ਿਸ਼ ਆ ਤੇ ਸੱਭਿਆਚਾਰ ਵੀਡੀਓ ਬਣਾਵਾਂਗੇ ਯਾਰੀ ਜਿੰਦਾਬਾਦ ਪ੍ਰੋਡਕਸ਼ਨ ਤੇ ਅੱਜ ਸ਼ਾਮ ਨੂੰ ਮੈਡਮ ਅਨਮੋਲ ਗਗਨ ਮਾਨ ਹੁਣ ਵੀ ਅਨਾਉਂਸ ਕਰਨਗੇ ਤੇ ਸਾਡੀ ਬਹੁਤ ਹੀ ਪ੍ਰਾਈ ਹੈ ਕਿ ਦੁਨੀਆ ਦਾ ਬੱਬੂ ਮਾਨ ਸਾਹਿਬ ਕਰਨਗੇ ਜਿੰਦਾਬਾਦ ਪ੍ਰੋਡਕਸ਼ਨ ਥੈਂਕ ਯੂ ਵੈਰੀ ਮੱਚ ਬੇ ਮੇਜਰ ਇਹ ਮੋਟਰਸਾਈਕਲ ਦਾ ਸ਼ੋਅ ਕਰਨਗੇ ਇਸ ਤੋਂ ਬਾਅਦ ਫਾਈਨਲ ਮੈਚ ਹਰਿਆਣਾ ਤੇ ਸ਼ਰਫ ਟਰਾਂਸਪੋਰਟ ਮਜ਼ਾਰਾ ਰਾਜ ਸਾਹਿਬ ਦੇ ਮਨਜਿੰਦਰ ਨੂੰ ਮਨਦੀਪ ਕਹਿੰਦਾ ਸਟੇਜ ਤੇ ਆਵੇ ਛੇਤੀ ਮਨਜਿੰਦਰ ਆ ਵੀ ਮੇਜਰ ਸੇ ਗਾਣਾ ਸ਼ੁਰੂ ਕਰ ਦਿਓ ਜੀ ਮਨਦੀਪ ਸਿੰਘ ਜੀ ਕਰਾਈਓ ਜੀ ਲਓ ਛੋ ਕਰਾਓ
ਹੋਣਾ ਆ ਇਧਰ ਉਹਨਾਂ ਨੂੰ ਬੈਸਟ ਰੇਟ ਤੇ ਬੈਸਟ ਆਪਰ ਨੂੰ ਤਾੜੀਆਂ ਮਾਰਦੇ ਹੋ ਜੱਸਾ ਸ਼ੇਰਗਿੱਲ ਕਹਿੰਦੇ ਵੀ 5000 ਰੁਪਈਆ ਮੇਜਰ ਬਾਦੀ ਸ਼ੇਰਗਿੱਲ 100 ਰੁਪਈਆ ਬਾਦੀ ਸ਼ੇਰਗਿੱਲ ਤੇ ਜੱਸਾ 500 ਰੁਪਈਆ ਤੇ ਗੱਲ ਮੇਜਰ ਹਿੰਦੁਸਤਾਨੀ ਸੋ ਬਹੁਤ ਬਹੁਤ ਸ਼ੁਕਰੀਆ ਜੀ ਤਨ ਤਨ 108 ਸ੍ਰੀ ਨਾਮ ਕਮਲ ਰਾਜਾ ਸਾਹਿਬ ਜੀ ਦੀ ਇਹ ਪਾਵਨ ਪੁੱਤਰ ਧਰਤੀ ਤੇ ਜੋ ਲੜਕੀਆਂ ਦਾ ਮਹਾਕੁੰਭ ਕਬੱਡੀ ਦਾ ਖੇਡ ਮੇਲਾ ਸੋ ਸਾਰੀ ਆਰਗੇਨਾਈਜ਼ਿੰਗ ਕਮੇਟੀ ਵਧਾਈ ਦੀ ਪਾਤਰ ਹੈ ਔਰ ਸਾਰੀ ਪ੍ਰਬੰਧਕ ਕਮੇਟੀ ਦਾ ਬਹੁਤ ਬਹੁਤ ਸ਼ੁਕਰੀਆ ਜੀ ਕਈ ਸਾਲ ਪਹਿਲਾਂ ਇੱਥੇ ਪ੍ਰਦਰਸ਼ਨ ਕੀਤਾ ਸੀ ਸੋ ਸਾਡੇ ਵੀਰ ਜੀ ਦੱਸ ਰਹੇ ਸੀ ਕਿ ਮੇਜਰ ਤੂੰ ਤਾਂ ਬਹੁਤ ਪੁਰਾਣਾ ਮੈਂ ਕਿਹਾ ਮੇਰੀ ਇਹੀ ਕੋਸ਼ਿਸ਼ ਹੁੰਦੀ ਹੈ ਕਿ ਹਰ ਵਾਰ ਕੁਛ ਨਾ ਕੁਛ ਨਵਾਂ ਕਰੀਏ ਔਰ ਇਸ ਖੇਡ ਮੇਲੇ ਦੇ ਨਾਲ ਜੁੜੇ ਰਹੀਏ ਸੋ ਅਗਰ ਸ਼ੋਅ ਵਧੀਆ ਲੱਗਾ ਪ੍ਰਬੰਧਕ ਕਮੇਟੀ ਦੇ ਨਾਮ ਤੇ ਜ਼ੋਰਦਾਰ ਤਾੜੀ ਹੈਲੋ ਕਹਿੰਦੇ ਨੇ ਫਰਸ਼ੋ ਅਰਸ਼ ਪਚਾ ਦੇ ਜੇ ਤੂੰ ਮਿਹਰ ਕਰਿਓ ਸਾਈਆਂ ਫਰਸ਼ੋ ਅਰਸ਼ ਪਚਾ ਦੇ ਜੇ ਤੂੰ ਮਿਹਰ ਕਰਿਓ ਸਾਈਆਂ ਲੱਗਦੇ ਰਹਿਣ ਖੁਸ਼ੀ ਦੇ ਮੇਲੇ ਤੇ ਮਿਲਦੀਆਂ ਰਹਿਣ ਵਧਾਈਆਂ ਸੋ ਸਭ ਤੋਂ ਪਹਿਲਾਂ ਤਾਂ ਇੱਥੇ ਬੈਠੇ ਨਿੱਕੇ ਵੱਡੇ ਛੋਟੇ ਮੇਰੇ ਪਿਤਾ ਸਮਾਨ ਬਜ਼ੁਰਗ ਸਾਹਮਣੇ ਬੈਠੀਆਂ ਮਾਨ ਯੋਗ ਭੈਣਾਂ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਉਸ ਤੋਂ ਬਾਅਦ ਇੱਥੋਂ ਦੀ ਪ੍ਰਬੰਧਕ ਕਮੇਟੀ ਪ੍ਰਧਾਨ ਜੀ ਜਿੰਨੇ ਵੀ ਮੈਂਬਰ ਆ ਮੈਂ ਇਹਨਾਂ ਸਾਰਿਆਂ ਨੂੰ ਇਸ ਖੇਡ ਮੇਲੇ ਦੀ ਲੱਖ ਲੱਖ ਵਧਾਈ ਦੇਵਾਂਗੀ ਤੇ ਬਰਦਾਸ਼ਤ ਕਰਾਂਗੀ ਪਰਮਾਤਮਾ ਅੱਗੇ ਕਿ ਸਦਾ ਹੀ ਇੱਥੇ ਮੇਲੇ ਲੱਗਦੇ ਰਹਿਣ ਤੇ ਅਸੀਂ ਤੁਹਾਡੇ ਵਿੱਚ ਇੱਦਾਂ ਹੀ ਹਾਜ਼ਰੀ ਲਵਾਉਂਦੇ ਰਹੀਏ ਥੈਂਕ ਯੂ ਜੀ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਮੈਡਮ ਜੋਤੀ ਤੇ ਇੱਧਰ ਮੇਜਰ ਹਿੰਦੁਸਤਾਨੀ ਆਪਣਾ ਸਨਮਾਨ ਜਿਹੜਾ ਨਾਲੇ ਪ੍ਰਾਪਤ ਪ੍ਰਬੰਧਕ ਕਮੇਟੀ ਦੇ ਕੋਲ ਕਰ ਲਓ ਔਰ ਮੈਂ ਬੇਨਤੀ ਕਰਾਂ ਵੀ ਕੁਝ ਸਨਮਾਨ ਕੀਤੇ ਜਾ ਰਹੇ ਹੈ ਔਰ ਸਭ ਤੋਂ ਪਹਿਲਾਂ ਮੈਂ ਬੇਨਤੀ ਕਰਾਂ ਵੀ ਰਾਹੁਲ ਪੰਡਿਤ ਰਾਹੋ ਆਓ ਮੇਰੇ ਵੀਰ ਮੈਦਾਨ ਦੇ ਵਿੱਚ ਆਉਣ ਰਾਹੁਲ ਪੰਡਿਤ ਰਾਹੋ ਔਰ ਉਹਨਾਂ ਦਾ ਵੀ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ ਔਰ ਕਹਿੰਦੇ ਵੀ ਇੱਥੇ ਸਭੇ ਵੀਰ ਉਹਨਾਂ ਦਾ ਧੰਨਵਾਦ ਕਰੀਏ ਔਰ ਜਿਹਨਾਂ ਦੇ ਸੰਦੇ ਪੱਤਰ ਦੇ ਵੀਰ ਪੁੱਜੇ ਉੱਥੇ ਬਲਜਿੰਦਰ ਵੀਰ ਉਹਨਾਂ ਦਾ ਧੰਨਵਾਦ ਹੈ ਆਓ ਮੇਰੇ ਵੀਰ ਰਾਹੁਲ ਪੰਡਿਤ ਰਾਹੋ ਜੀਤੀ ਮਹਿੰਦੀਪੁਰੀ ਕਮਲਜੀਤ ਖਾਨ ਖਾਨ ਤੇ ਮੱਟੀ ਸ਼ੋਕਰ ਅਮਰ ਮੰਡੀ ਸਭਾ ਭਲਵਾਨ ਗੁਰ ਚੌਰੀ ਤੇ ਸੈਲੀ ਨਵਾਂਸ਼ਹਿਰ ਲਾਓ ਇੱਧਰ ਸਾਡੇ ਮਨਦੀਪ ਭਾਜੀ ਸਾਡੇ ਨਾਲ ਅੱਜ ਮਜ਼ਾਰਾ ਰਾਜਾ ਸਾਹਿਬ ਦੀ ਧਰਤੀ ਤੇ ਉਧਰ ਅਮਨਦੀਪ ਸਿੰਘ ਜੀ USA ਵਾਲੇ 365.com ਦੇ ਜ਼ਰੀਏ ਜੁੜੇ ਹੋਏ ਹੈ ਅੱਜ ਪੂਰਾ ਮਾਣ ਹੈ ਔਰ ਮੈਂ ਸਤਿਕਾਰ ਕਰਦਾ ਵੀ ਪੁੱਜੇ ਹੋਏ ਸਾਰੇ ਵੀਰਾਂ ਦਾ ਜਿਹੜਾ ਹੁਣ ਮੈਚ ਹੋਣਾ ਇਸ ਦੇ ਵਿੱਚ ਬੈਸਟ ਸਟੋਪਰ ਤੇ ਬੈਸਟ ਰੇਡਰ ਕੱਢਣੇ ਜਾਣੇ ਆ ਉਹਨਾਂ ਨੂੰ 51-5100 ਮਨਦੀਪ ਵੱਲੋਂ ਵੀ ਬੈਸਟ ਰੇਡਰ ਤੇ ਬੈਸਟ ਸਟੋਪਰਾਂ ਨੂੰ 13 ਮਾਰਚ ਨੂੰ ਕਬੱਡੀ ਦੇ ਮੁਕਾਬਲੇ ਹੋਏ ਬੈਸਟ ਰੇਡਰ ਬੈਸਟ ਜਾਫੀ ਨੂੰ ਮੁੰਦੀ ਆ ਤੇ ਇੱਧਰ ਰਾਹੁਲ ਪੰਡਿਤ ਰਾਹੋ ਆਓ ਮੇਰੇ ਵੀਰ ਰਾਹੁਲ ਪੰਡਿਤ ਰਾਹੋ ਵੀਰਾਂ ਦਾ ਸਤਿਕਾਰ ਕੀਤਾ ਜਾ ਰਿਹਾ ਪੁੱਜੀਆਂ ਹੋਈਆਂ ਮਾਰੀਆਂ ਮਹਾਨ ਸ਼ਖਸੀਅਤਾਂ ਦਾ ਭਰਾਵਾਂ ਦਾ ਵੱਧ ਕੇ ਪਿਆਰ ਰੱਖਣ ਵਾਲੀਆਂ ਇਹ ਸ਼ਖਸੀਅਤਾਂ ਨੇ ਔਰ ਨਾਲੇ ਮੈਂ ਬੇਨਤੀ ਕਰਾਂ ਵੀ ਜੀਤੀ ਮਹਿੰਦੀਪੁਰੀ ਆਓ ਜੀ ਬਹੁਤ ਸਤਿਕਾਰਯੋਗ ਸਾਡੇ ਜੀਤੀ ਭਾਜੀ ਤੇ ਦੂਜੇ ਪਾਸੇ ਕਮਲਜੀਤ ਖਾਨ ਖਾਨ ਕੁਲਜੀਤ ਖਾਨ ਖਾਨ ਕੁਲਜੀਤ ਖਾਨ ਖਾਨ ਆਪਣਾ ਸਨਮਾਨ ਜਿਹੜਾ ਪ੍ਰਾਪਤ ਕਰ ਲਓ ਔਰ ਉਧਰ ਮੱਟੀ ਸ਼ੋਕਰ ਆਓ ਮੇਰੇ ਵੀਰ ਮੱਟੀ ਸ਼ੋਕਰ ਔਰ ਨਾਲ ਮੈਂ ਬੇਨਤੀ ਕਰਦਾ ਵੀ ਅਮਰ ਮੰਡੀ ਵੀਰ ਨੂੰ ਬੇਨਤੀ ਕਰਦਾ ਵੀ ਅਮਰ ਮੰਡੀ ਤੇ ਨਾਲ ਸਾਡੇ ਇਲਾਕੇ ਦੀ ਸ਼ਾਨ ਦੁਆਬੇ ਦੇ ਵਿੱਚ ਜੇ ਗੱਲ ਕਰੀਏ ਵੀ ਸ਼ਹੀਦ ਭਗਤ ਸਿੰਘ ਨਗਰ ਦਾ ਬਸਿਆ ਹੋਇਆ ਨਗਰ ਗੁਣਾ ਚਾਰ ਜਿੱਥੋਂ ਦੇ ਸਭੇ ਵੀਰ ਨੇ ਕਾਫੀ ਲੰਬਾ ਸਮਾਂ ਜੋ ਹੈ ਉਹ ਰਾਜਾ ਸਾਹਿਬ ਦਾ ਮਜ਼ਾਰਾ ਤੇ ਨਾਲ ਗੁਣਾ ਚੌਰ ਦਾ ਨਾਮ ਚਮਕਾਈ ਰੱਖਿਆ ਸਭਾ ਭਲਵਾਨ ਗੁਣਾ ਚੌਰ ਉਹਦਾ ਸਨਮਾਨਿਤ ਕੀਤਾ ਜਾ ਰਿਹਾ ਆ ਜਾਓ ਵੀ ਸ਼ੈਲੀ ਨਵਾਂਸ਼ਹਿਰ ਔਰ ਸ਼ੈਲੀ ਨਵਾਂਸ਼ਹਿਰ ਵੀਰਾਂ ਦਾ ਸਨਮਾਨ ਦਿੱਤਾ ਜਾ ਰਿਹਾ ਦੂਜੇ ਪਾਸੇ ਮੈਂ ਮਲਜਿੰਦਰ ਵੀਰ ਨੂੰ ਬੇਨਤੀ ਕਰਾਂ ਵੀ ਹੋਰ ਵੀ ਕਿਸੇ ਵੀਰ ਦਾ ਆਪਾਂ ਸਨਮਾਨਿਤ ਕਰਨਾ ਜ਼ਰੂਰ ਦੱਸਾਂਗੇ
ਆਜੋ ਬਾਤੀ ਵੀਰ ਦੀਪੇ ਵੀਰ ਆਜੋ ਅੱਗੇ ਆਜੋ ਇੱਧਰ ਵੀਰਾਂ ਦਾ ਸਨਮਾਨਿਤ ਕੀਤਾ ਜਾ ਰਿਹਾ ਜੋ ਸਾਡੇ ਮੇਲੇ ਨੂੰ ਚਾਰ ਚੰਨ ਲਾ ਦਿੱਤੇ ਅਸੀਂ ਧੰਨਵਾਦ ਕਰਦੇ ਵੀ ਰਾਹੁਲ ਪੰਡਿਤ ਰਾਹੋ ਜੀਤੀ ਮਹਿੰਦੀਪੁਰੀ ਕੁਲਜੀਤ ਖਾਨ ਖਾਨ ਮੱਟੀ ਸ਼ੋਕਰ ਅਮਰ ਮੰਡੀ ਔਰ ਸਭਾ ਮੇਰਾ ਵੀਰ ਅੱਜ ਕਹਿੰਦੇ ਵੀ ਸ਼ਾਨੋ ਸ਼ੌਕਤ ਹੈ ਅੱਜ ਮਾਣ ਹੈ ਦੁਆਬੇ ਦੀ ਧਰਤੀ ਦੇ ਸਭੇ ਵੀਰ ਦੇ ਉੱਤੇ ਆਪਣੇ ਸਮੇਂ ਦਾ ਕਬੱਡੀ ਖਿਡਾਰੀ ਹੈ ਲਓ ਸ਼ੈਲੀ ਨਵਾਂ ਸ਼ਹਿਰ ਸਤਿਕਾਰ ਹੈ ਵੀਰਾਂ ਦਾ ਸਨਮਾਨ ਦਿੱਤੇ ਗਏ ਹੈ ਮਨਦੀਪ ਸਿੰਘ ਦੀ ਯੂਐਸਏ ਅਮਨਦੀਪ ਸਿੰਘ ਦੀ ਯੂਐਸਏ ਉੱਥੇ ਅਸੀਂ ਮਾਣ ਕਰਦੇ ਹਾਂ ਸੁਰਿੰਦਰ ਸਿੰਘ ਦੀ ਸ਼ਿੰਦਾ ਮੇਰਾ ਵੀਰ ਹੁਣ ਕਨੇਡਾ ਇਸ ਟਾਈਮ ਕਨੇਡਾ ਬੈਠੇ ਆ ਭਾਜੀ ਹੁਣੀ ਅਮੈਰੀਕਾ ਚਲੇ ਗਏ ਪਹਿਲਾਂ ਕਹਿੰਦੇ ਕਨੇਡਾ ਜਾਣਾ ਸੀਗਾ ਸ਼ਾਇਦ ਕਨੇਡਾ ਦੇ ਵਿੱਚ ਬੈਠੇ ਹੋਣਗੇ ਪਰ ਵਿਆਹ ਤੇ ਗਏ ਹੋਏ ਆ ਇੱਥੋਂ 13 ਤੇ 14 ਤਰੀਕ ਨੂੰ ਜਿਹੜਾ 14 ਮਾਰਚ ਨੂੰ ਉਹਨਾਂ ਦੀ ਫਲੈਟ ਹੋਈ ਹੈ ਤੇ ਸਤਿਕਾਰ ਕਰਦੇ ਵੀ ਉੱਥੇ ਸਾਡੇ ਪਾਲ ਜੱਜ ਵੀਰਾਂ ਦਾ ਵੀ ਜਿਹਨਾਂ ਵੱਲੋਂ 51,000 ਰੁਪਇਆ ਫਸਟ ਤੇ ਸੁਰਿੰਦਰ ਸਿੰਘ ਦੀ ਯੂਐਸਏ ਮਨਦੀਪ ਸਟੇਜ ਤੇ ਆਵੇ ਮਨਦੀਪ ਇੱਕ ਮਿੰਟ ਲਈ ਔਰ ਇਧਰ ਹਜ਼ਾਰਾ ਜਾੜਲੀ ਵਾਲ ਲਾਓ ਕਹਿੰਦੇ ਵੀ ਪੁੱਠੇ ਸਿੱਧੇ ਕੰਮ ਸਾਰੇ ਕਰੂਗਾ ਪਹਿਲਾਂ ਕੱਪੜੇ ਉਤਾਰਨੇ ਸਾਈਕਲ ਚਲਾਉਂਦੇ ਨੇ ਤੇ ਫਿਰ ਕੱਪੜੇ ਪਾਵੇਗਾ ਸਾਈਕਲ ਚਲਾ ਕੇ ਕਰਤੱਬ ਦਿਖਾ ਰਿਹਾ ਹੈ ਹਜ਼ਾਰਾ ਜਾੜਲੀ ਵਾਲ ਹਰਵਿੰਦਰ ਚਾਨਾ ਵੀ ਪੁੱਜਿਆ ਤੇ ਦੂਜੇ ਪਾਸੇ ਸਾਡਾ ਮੇਜਰ ਹਿੰਦੁਸਤਾਨੀ ਨੇ ਫਾਈਨਲ ਮੈਚ ਦੀਆਂ ਦੋ ਟੀਮਾਂ ਵੀ ਗਰਾਊਂਡ ਦੇ ਲਾਗੇ ਆ ਜਾਵੇ ਤਾਂ ਕਿ ਆਪਾਂ ਟਾਈਮ ਸਿਰ ਮੈਚ ਕਰਾ ਸਕੀਏ ਔਰ ਮੈਂ ਬੇਨਤੀ ਕਰਦਾ ਵੀ ਹਰਿਆਣੇ ਦੀ ਟੀਮ ਤੇ ਦੂਜੇ ਪਾਸੇ ਸ਼ਰਾਬ ਸ਼ਰਬ ਟਰਾਂਸਪੋਰਟ ਯੂਐਸਏ ਮਜ਼ਾਰਾ ਰਾਜਾ ਸਾਹਿਬ ਦਾ ਲਓ ਟੀਮਾਂ ਇਹ ਤਿਆਰ ਹੋ ਜਾਣ ਸ਼ਰਬ ਟਰਾਂਸਪੋਰਟ ਯੂਐਸਏ ਤੇ ਦੂਜੇ ਪਾਸੇ ਹਰਿਆਣੇ ਦੀ ਟੀਮ ਜਿਹੜੀ ਰਾਮ ਬਤੇਰੀ ਉਹਨਾਂ ਨੂੰ ਬੇਨਤੀ ਵੀ ਤਿਆਰੀ ਕਰਕੇ ਮੈਦਾਨ ਦੇ ਲਾ ਕੇ ਆ ਜਾਣ ਲੈ ਵੀ ਹਜ਼ਾਰੇ ਇਸ ਤੋਂ ਵੱਧ ਕੱਪੜੇ ਨਹੀਂ ਲਾਉਣੇ ਤੇ ਸਾਹਮਣੇ ਹਜ਼ਾਰਾਂ ਜਾਰ ਲਈ ਕਰਤੱਬ ਦਿਖਾ ਰਿਹਾ ਹੈਰੀ ਚਾਰ ਭਰੀਆ ਬਾਈ ਲਓ ਸਾਹਮਣੇ ਕਹਿੰਦਾ ਵੀ ਜੇ ਮੇਜਰ ਹਿੰਦੁਸਤਾਨੀ ਨੇ ਕਰਤੱਬ ਕੀਤਾ ਤੇ ਆਪਾਂ ਵੀ ਕਰਕੇ ਵਿਖਾ ਰਹੇ ਹਾਂ ਲਓ ਜੀ ਧੰਨਵਾਦ ਕਰਦੇ ਵੀ ਸਾਡੇ ਸਰਦਾਰ ਕੁਲਦੀਪ ਸਿੰਘ ਜੀ ਚਿੰਗਰ ਸਾਹਿਬ ਔਰ ਬਹੁਤ ਸਤਿਕਾਰਯੋਗ ਸਾਡੇ ਬਲਵਿੰਦਰ ਸਿੰਘ ਜੀ ਮਾਹਲ ਚੇਅਰਮੈਨ ਬਲਾਕ ਔਡ ਔਰ ਗੁਰਚੇਤਨ ਸਿੰਘ ਜੀ ਗੜੀ ਚੇਅਰਮੈਨ ਸਾਹਿਬ ਸਤਿਕਾਰ ਕਰਦੇ ਵੀ ਜਿੱਥੇ ਗੜੀ ਅਜੀਤ ਸਿੰਘ ਦੀ ਛਿੰਦ ਜਿਹੜੀ ਹੈ ਔਰ ਪੂਰੀ ਦੁਨੀਆ ਦੇ ਵਿੱਚ ਮੰਨਿਆ ਪ੍ਰਮੰਨਿਆ ਮੇਲਾ ਗੜੀ ਸ਼ੀਸ਼ੀ ਗੜੀ ਅਜੀਤ ਸਿੰਘ ਦਾ ਛਿੰਦ ਮੇਲਾ ਤੇ ਇੱਧਰ ਹਜ਼ਾਰਾਂ ਪੁੱਠੇ ਸਿੱਧੇ ਕਰਤੱਬ ਤੇ ਮੈਂ ਬੇਨਤੀ ਕਰਦਾ ਵੀ ਟੀਮਾਂ ਜਲਦੀ ਨਾਲ ਮੈਦਾਨ ਦੇ ਵਿੱਚ ਆ ਜਾਣ ਤੁਹਾਨੂੰ ਟੀਮਾਂ ਮੈਦਾਨ ਦੇ ਵਿੱਚ ਆ ਜਾਣ ਹਰਿਆਣੇ ਤੇ ਪੰਜਾਬ ਦਾ ਮੁਕਾਬਲਾ ਅੱਗੇ ਖੇਡਿਆ ਜਾਣਾ ਪੰਜਾਬ ਦੇ ਵਿੱਚੋਂ ਕਹਿੰਦੇ ਵੀ ਕੋਨੇ ਕੋਨੇ ਚੋਂ ਟੀਮਾਂ ਪੁੱਜੀਆਂ ਮੋਗਾ ਤੋਂ ਪੁੱਜੀ ਹੁਸ਼ਿਆਰਪੁਰ ਤੋਂ ਪੁੱਜੀਆਂ ਟੀਮਾਂ ਪਰ ਸਤਿਕਾਰ ਕਰਦੇ ਸਾਰੇ ਕੋਚਾਂ ਦਾ ਤੇ ਉੱਥੇ ਹੀ ਸਾਡੇ ਚਰਨਜੀਤ ਸਿੰਘ ਜੀ ਮਾਨ ਸਾਹਿਬ ਦਾ ਸਤਿਕਾਰ ਕਰਦੇ ਵੀ ਜੋ ਕਹਿੰਦੇ ਵੀ ਸਾਡੇ ਦਰਮਿਆਨ ਹਰ ਵਕਤ ਹਾਜ਼ਰੀਆਂ ਭਰਦੇ ਆ ਲਓ 13 ਮਾਰਚ ਨੂੰ ਵੀ ਪੁੱਜੇ ਸੀ ਤੇ ਅੱਜ ਸਾਡੇ ਦਰਮਿਆਨ ਪਾਲ ਜੱਜ ਵੀਰਾਂ ਦਾ ਵੀ ਸਤਿਕਾਰ ਕਰਦੇ ਵੀ ਯੂਐਸਏ ਦੀ ਧਰਤੀ ਤੇ ਵੀ ਇਸੇ ਤਰ੍ਹਾਂ ਖੇਡ ਦੇ ਪ੍ਰਮੋਟਰ ਹੈ ਲਓ ਉਧਰ ਮਨਦੀਪ ਸਿੰਘ ਜੀ ਅਮਨਦੀਪ ਸਿੰਘ ਜੀ ਬਈ ਫਾਈਨਲ ਦੀਆਂ ਟੀਮਾਂ ਦੋਏ ਗਰਾਊਂਡ ਦੇ ਵਿੱਚ ਆ ਜਾਓ ਮੁਕਾਬਲੇ ਦੇ ਖੇਡਣ ਵਾਸਤੇ ਮੈਦਾਨ ਦੇ ਵਿੱਚ ਆ ਜਾਣ ਔਰ ਦੂਜੇ ਪਾਸੇ ਦੋਨੋਂ ਕੋਚ ਸਾਹਿਬਾਂ ਨੂੰ ਬੇਨਤੀ ਵੀ ਟੀਮਾਂ ਫਾਈਨਲ ਦੇ ਵਾਸਤੇ ਮੈਦਾਨ ਦੇ ਵਿੱਚ ਆ ਜਾਣ ਮੋਗੇ ਦੀ ਟੀਮ ਨੇ ਹਰਿਆਣੇ ਦੀ ਟੀਮ ਦਾ ਮੁਕਾਬਲਾ ਖੇਡਿਆ ਬੜਾ ਰੌਚਕ ਅੱਧੇ ਨੰਬਰ ਤੇ ਜਿਹੜੀ ਹੈ ਉਹ ਹਰਿਆਣੇ ਦੀ ਟੀਮ ਜਿੱਤੀ ਪਰ ਕੋਚ ਸਾਹਿਬ ਹਾਫ ਉਸਤਾਦ ਜੀ ਹਾਫ ਸਮੇਂ ਦੇ ਵਿੱਚ 13 ਪੁਆਇੰਟ ਮੋਗੇ ਦੇ ਸੀ 17.5 ਪੁਆਇੰਟ ਜਿਹੜੇ ਸੀਗੇ ਉਹ ਦੂਜੇ ਪਾਸੇ ਹਰਿਆਣੇ ਦੀ ਟੀਮ ਦੇ ਸੀਗੇ ਪਰ ਫਿਰ ਵੀ ਟੀਮ ਨੇ ਕੋਸ਼ਿਸ਼ ਕੀਤੀ 30 ਨੰਬਰ ਲੈ ਕੇ ਭਾਵੇਂ ਅੱਧੇ ਨੰਬਰ ਨਾਲ ਲੂਜ਼ ਕਰ ਗਈ ਹੈ ਪਰ ਮੋਗੇ ਦੇ ਖਿਡਾਰਨਾਂ ਦਾ ਵੀ ਆਪਾਂ ਸਤਿਕਾਰ ਕਰਦੇ ਵੀ ਜਿੱਥੇ ਸੁੱਖੀ ਨੇ ਵਧੀਆ ਜੱਫੇ ਲਾਏ ਤੇ ਨੈਨੋ ਨੇ ਵਧੀਆ ਕਬੱਡੀਆਂ ਪਾਈਆਂ ਲਓ ਇੱਧਰ ਹਜ਼ਾਰਾ ਆਪਣਾ ਕਰਤੱਬ ਕਰ ਰਿਹਾ ਤੇ ਟੀਮਾਂ ਜਲਦੀ ਨਾਲ ਮੈਦਾਨ ਦੇ ਵਿੱਚ ਆ ਜਾਣ ਹਰਿਆਣਾ ਤੇ ਦੂਜੇ ਪਾਸੇ ਮੈਂ ਬੇਨਤੀ ਕਰਾਂ ਸ਼ਾਰਬ ਟਰਾਂਸਪੋਰਟ ਯੂਐਸਏ ਰਬ ਮਜ਼ਾਰਾ ਰਾਜਾ ਸਾਹਿਬ ਦੀਆਂ ਟੀਮਾਂ ਜਿਹੜੀਆਂ ਫਾਈਨਲ ਮੁਕਾਬਲੇ ਦੇ ਵਾਸਤੇ ਮੈਦਾਨ ਦੇ ਵਿੱਚ ਆ ਜਾਣ ਔਰ ਸਾਡੇ ਸਤਿਕਾਰਯੋਗ ਇੱਧਰ ਬਾਂਸਰ ਵੀਰ ਵੀ ਪੁੱਜੇ ਹੈ ਦੀਪ ਉਹਨਾਂ ਦੀ ਬਣਾਈ ਹੋਈ ਹੈ ਟੀਮ ਹੈ ਲਓ ਸਤਿਕਾਰ ਕਰਦੇ ਵੀ ਜਿੱਥੇ ਜੌਨ ਸੇਨਾ ਆਉਣ ਵਾਲਾ ਵੀ ਪੁੱਜਿਆ ਹੋਇਆ ਹੈ ਔਰ ਮੈਂ ਟੀਮਾਂ ਨੂੰ ਬੇਨਤੀ ਕਰ ਦੇਵਾਂ ਵੀ ਜਲਦੀ ਨਾਲ ਆ ਜਾਣ ਉੱਥੇ ਸਾਰੀਆਂ ਟੀਮਾਂ ਪੁੱਜੀਆਂ ਹੋਈਆਂ ਲੜਕੀਆਂ ਦੇ ਕੋਚ ਸਾਹਿਬ ਨੋਟ ਕਰਨ ਫਿਰੋਜ਼ਪੁਰ ਦੇ ਵਿੱਚ 21 ਮਾਰਚ ਨੂੰ ਲੜਕੀਆਂ ਦਾ ਮਹਾਕੁੰਭ ਹੋਵੇਗਾ ਕਬੱਡੀ ਕੱਪ ਹੋਵੇਗਾ ਤੇ ਦੋ ਟੀਮਾਂ ਨੂੰ ਲਾਈਨ ਅਪ ਕਰਾ ਦਿਓ ਇੱਕ ਟੀਮ ਮੈਦਾਨ ਦੇ ਵਿੱਚ ਆ ਗਈ ਹੈ ਤੇ ਦੂਜੇ ਪਾਸੇ ਮੈਂ ਬੇਨਤੀ ਕਰਾਂ ਵੀ ਉਹ ਟੀਮ ਪਹਿਲਾਂ ਸੈਮੀ ਖੇਡੀ ਸੀਗੀ ਤੇ ਹਰਿਆਣੇ ਦੀ ਟੀਮ ਰਾਮ ਬਤੇਰੀ ਹੁਣੀ ਵੀ ਉਹ ਵੀ ਟੀਮ ਆ ਗਈ ਹੈ ਲਓ ਸਤਿਕਾਰਯੋਗ ਦੋਨੋਂ ਟੀਮਾਂ ਰੈਫਰੀ ਸਾਹਿਬ ਵਿਸਲ ਮਾਰ ਕੇ ਲਾਈਨ ਅਪ ਕਰਾਉਣਗੇ 15-2 15
ਠੀਕ ਹੈ ਖੁੱਲਾ ਸਮਾਂ ਦੋਨੋਂ ਟੀਮਾਂ ਦੇ ਵਾਸਤੇ ਉਧਰ ਮੀਡੀਆ ਦੀ ਦੁਨੀਆ ਤੋਂ ਪੁੱਜੇ ਹੋਏ ਸਾਰੇ ਪੱਤਰਕਾਰ ਵੀਰਾਂ ਦਾ ਵੀ ਆਪਾਂ ਸਤਿਕਾਰ ਕਰਦੇ ਹਾਂ ਲਓ ਪੰਜਾਬੀ ਵੀਰਿਓ ਕੋ ਸਭ ਵੀ ਪਹਿਲਾ ਪ੍ਰਾਈਜ਼ 53,500 ਰੁਪਇਆ ਤੇ ਦੂਜਾ ਪ੍ਰਾਈਜ਼ 43,500 ਰੁਪਇਆ ਤੇ ਕਿੰਨਾ ਬਣ ਗਿਆ 53,500 ਤੇ 43,500 ਬਹੁਤ ਸਤਿਕਾਰਯੋਗ ਸਾਡੇ ਵਿਚਕਾਰ ਮੈਡਮ ਜੀਵਨ ਜਗਜੋਤ ਕੌਰ ਐਸ ਡੀ ਐਮ ਸਾਹਿਬ ਨਵਾਂਸ਼ਹਿਰ ਔਰ ਮੈਡਮ ਜੀਵਨ ਜਗਜੋਤ ਜੀ ਐਸ ਡੀ ਐਮ ਸਾਹਿਬ ਪਟੀਮਾ ਲੈਣ ਪਹੁੰਚਣ ਉਹਨਾਂ ਦੇ ਨਾਲ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਕਰਮਜੀਤ ਸਿੰਘ ਜੀ ਕਰਨਾਣਾ ਜੋ ਕਿ ਸਾਡੇ ਭਰਾਵਾਂ ਵਾਲਾ ਪਿਆਰ ਹੈ ਇਹਨਾਂ ਦੇ ਨਾਲ ਸਾਡਾ ਜੋ ਪਿੰਡ ਦੇ ਨਾਲ ਬਹੁਤ ਗੂੜਾ ਰਿਸ਼ਤਾ ਹੈ ਸਰਦਾਰ ਇੰਦਰਜੀਤ ਸਿੰਘ ਜੀ ਮਾਨ ਸਾਹਿਬ ਤੇ ਬਹੁਤ ਹੀ ਸਤਿਕਾਰਯੋਗ ਸਾਬਕਾ ਐਮ ਐਲ ਏ ਚੌਧਰੀ ਮੋਹਨ ਸਿੰਘ ਜੀ ਬਲਵਿੰਦਰ ਸਿੰਘ ਜੀ ਚੇਅਰਮੈਨ ਸਾਹਿਬ ਜਹਿਦਾ ਰਣਜੀਤ ਸਿੰਘ ਜੀ ਝਿੰਗੜ ਡਾਇਰੈਕਟਰ ਚੇਅਰਮੈਨ ਸ਼ੂਗਰ ਮਿਲ ਗੁਰਚੇਤਨ ਸਿੰਘ ਜੀ ਗੜੀ ਬਲਵਿੰਦਰ ਸਿੰਘ ਜੀ ਮਾਲ ਥਾਣੇਦਾਰ ਗੁਰਵਿੰਦਰ ਸਿੰਘ ਜੀ ਅਟਵਾਲ ਸਾਹਿਬ ਅਪਰਪਾਲ ਸਿੰਘ ਗੁਰਨੇਕ ਸਿੰਘ ਜੀ ਗਰਚਾ ਸਾਹਿਬ ਸਾਡੇ ਪਾਲ ਜੱਜ ਮੇਰਾ ਵੀਰ ਉਹ ਵੀ ਸਟੇਜ 'ਤੇ ਆ ਜਾਣ ਪੱਤਰਕਾਰ ਦੀ ਦੁਨੀਆ ਦੇ ਵਿੱਚੋਂ ਮੇਰਾ ਵੱਡਾ ਵੀਰ ਜਸਵੀਰ ਨੂਰਪੁਰੀ ਜਿਨ੍ਹਾਂ ਨੇ ਕੱਲ੍ਹ ਨੂੰ ਆਪਣੀ ਅਜੀਤ ਅਖਬਾਰ ਰਾਹੀਂ ਜੋ ਕਿ ਪੰਜਾਬ ਦੀ ਆਵਾਜ਼ ਹੈ ਇਹ ਸਾਰੇ ਮੇਲੇ ਦੀ ਕਵਰ ਦਿਖਾਉਣੀ ਹੈ ਮੈਂ ਬਹੁਤ ਬਹੁਤ ਧੰਨਵਾਦ ਫਿਰ ਤੋਂ ਧੰਨਵਾਦ ਮੈਡਮ ਜੀਵਨ ਜਗਜੋਤ ਜੀ ਦਾ ਐਸ ਡੀ ਐਮ ਨਵਾਂਸ਼ਹਿਰ ਜੀ ਦਾ ਹੁਣ ਮੈਂ ਬੇਨਤੀ ਕਰਾਂ ਆਪਣੇ ਪਦਮਿੰਦਰ ਸਾਹਿਬਾਨਾਂ ਨੂੰ ਕਿ ਮੈਡਮ ਜੀ ਦਾ ਜੋ ਮਾਨ ਸਨਮਾਨ ਹੈ ਉਹ ਆਪਾਂ ਜ਼ਰੂਰ ਕਰੀਏ ਉਸ ਤੋਂ ਬਾਅਦ ਜੋ ਲੜਕੀਆਂ ਦਾ ਮੈਚ ਹੈ ਉਹ ਸ਼ੁਰੂ ਕਰਵਾਇਆ ਜਾਵੇਗਾ ਠੀਕ ਹੈ ਕਾਲੇ ਭਾਜੀ ਆਪਾਂ ਇੱਥੇ ਮਾਨ ਸਨਮਾਨ ਕਰ ਦੇਣਾ ਮੈਦਾਨ ਦੇ ਵਿੱਚ ਹੀ ਤੇ ਮੈਂ ਬੇਨਤੀ ਕਰਾਂ ਸਾਡੇ ਸਤਿਕਾਰਯੋਗ ਐਸ ਡੀ ਐਮ ਸਾਹਿਬ ਜੀਵਨ ਜਗਜੋਤ ਔਰ ਮੈਂ ਬੇਨਤੀ ਕਰਾਂ ਚਰਨਜੀਤ ਭਾਜੀ ਉਹਨਾਂ ਨੂੰ ਨਾਲ ਲੈ ਕੇ ਮੈਦਾਨ ਦੇ ਵਿੱਚ ਆਉਣ ਬੱਚਿਆਂ ਨੂੰ ਆਸ਼ੀਰਵਾਦ ਦੇਈਏ ਤੇ ਨਾਲ ਗੁਰਚੇਤਨ ਸਿੰਘ ਜੀ ਗੜੀ ਔਰ ਸਾਡੇ ਐਮ ਐਲ ਏ ਸਾਹਿਬ ਮੈਂ ਬੇਨਤੀ ਕਰਾਂ ਮੋਲਾ ਜੀ ਆਪਾਂ ਜਲਦੀ ਨਾਲ ਮੈਦਾਨ ਦੇ ਵਿੱਚ ਆ ਜਾਈਏ ਤੇ ਬੱਚਿਆਂ ਨੂੰ ਆਸ਼ੀਰਵਾਦ ਦੇਈਏ ਬਲਵਿੰਦਰ ਸਿੰਘ ਜੀ ਮਾਹਲ ਚੇਅਰਮੈਨ ਬਲਾਕ ਕਾਰਡ ਔਰ ਬੇਨਤੀ ਕਰਾਂ ਵੀ ਆਪਾਂ ਮੈਚ ਜਿਹੜਾ ਇਹ ਸ਼ੁਰੂ ਕਰਵਾ ਦਈਏ ਨਾਲ ਹੀ ਆਪਾਂ ਸਨਮਾਨ ਚਿੰਨ੍ਹ ਜਿਹੜੇ ਹੈ ਉਹ ਆਪਾਂ ਮੈਦਾਨ ਦੇ ਵਿੱਚ ਹੀ ਦੇ ਦਈਏ ਔਰ ਬਹੁਤ ਸਤਿਕਾਰਯੋਗ ਸ਼ਿੰਜੀ ਲੜੂਆ ਜੀ ਜਗ ਬਾਣੀ ਪੰਜਾਬ ਕੇਸਰੀ ਜਰਨੈਲ ਸਿੰਘ ਜੀ ਪੰਜਾਬੀ ਜਾਗਰਣ ਕੁਲਦੀਪ ਸਿੰਘ ਜੀ ਰੋਲ ਅਜੀਤ ਸਿੰਘ ਜੀ ਜੰਡਿਆਲੀ ਕੁਲਦੀਪ ਸਿੰਘ ਜੀ ਬੰਗਾ ਸਪੋਰਟਸ ਜਗਿੰਦਰ ਸਿੰਘ ਜੀ ਜੰਡਿਆਲੀ ਅਮਨਦੀਪ ਭਾਜੀ ਅਮਨਦੀਪ ਸਿੰਘ ਜੀ ਸ਼ੇਰਗਿੱਲ 97,000 ਦਾ ਮੁਕਾਬਲਾ ਖੇਡਿਆ ਜਾ